जीव है चलाए
दिसदा बुरा क्यों होए, सतगुर दाता दयाल है, सबना दा भला बनाए दा। सतगुर दाता दयाल है, जिसनु ग्रहण करिए। बहुत कुछ साडे सामने आ जाएगा। राइटर की कलम तो नहीं मंगना, उत्थे जाके तो कई बार असी कंफ्यूज ही होवांगे। इन्हां सब सवालों के जवाब भी असी गुरबाणी विचों ही लैने ने। हुण देखना एक सवाल है, एक पासे आख देने भाई
दीन गवाया दुनिया दुनिया चली साथ संसार अपना रात बाबा कबीर जी ने श्लोक में भी एक ख्याल आया कि कुछ लोग अपने मतलब लई अपनी लोड़ लई ही मित्र बन रहे हैं और मित्रता नहीं होती अंदरों स्नेह नहीं होता गुरु ने आख्या मित्र का जेडे अपने सुख लई मित्र बने ऐथे कह दिता कि सारा संसार जेड़ा जगत जेड़ा है वो अपने लोड़ लई अपने मतलब लई मित्रता है वैसे मीत कोई नहीं गुरु तेग बहादुर पातशाह जी का ख्याल है कहते जगत हमने सुख लगे हो सकल जगत अपने सुख लगे हो दुख में संग ना होई कहते ने भाई मी पूत सनबंदी सगरे धन से लागे तेरे कोल पौरत है तेरे कोल कोई लोड़ पूरी होंदी है ता नेड़े लगदे ने सगर धन सो लागे रात दे ख्याल नू नाल जोड़ के भी लै के तुरना सगर धन सो लागे कामन लोड़े सोना रूपा मित्र लोड़े सोखा दाता नानक पाप करे तिन कारण जासी जमपुर बाधाता ये जगमीत न देखो कोई सगरे धन से लागे अगली आइलैंड तक कह लगे जब ही निर्धन देखो नारको जदो वेख्या गरीब हो गया दे पले कुछ नहीं रह गया घाटा पै गया मित्र भी मुंह मोड़ गए हूं इन घाटा पे है कुछ मंगेगा जब ही निर्धन देखो नरको संग छाड़ सब भागे छे जब बीत ना देखे सगल जगत अपने सुख ला पर एक सवाल खड़ा हो गया जी संसार जे जगत इन्ना माड़ा है दुनिया इन्नी माड़ी है कि जेदा दुनिया नाल नहीं उड़ांदा है वो अपने पाए कुहाड़ा मारदा है दीन गवाया दुनिया दुनिया चाली साथ पाए कुहाड़ा मारिया गाफल अपने हाथ ये
ਨਹੀਂ ਬਣੀ। ਇੰਨਾ ਸੰਸਾਰ ਇੰਨਾ ਜਗਤ ਮਾੜਾ ਤੇ ਫਿਰ ਗੁਰੂ ਕੋਲੋਂ ਜ਼ਰਾ ਹੁਣ ਸਵਾਲ ਦਾ ਜਵਾਬ ਵੀ ਮੰਗੀ ਸਮਝਾਓ। ਫਿਰ ਤੁਸੀਂ ਇਹ ਕਿਉਂ ਕਹਿ ਰਹੇ ਜਗਤ ਜਲੰਧਾ ਰੱਖ ਲੈ ਬੜਾ ਮਾੜਾ ਜਲ ਜਾਣਾ ਚਾਹੀਦਾ। ਸੰਸਾਰ ਬਰਬਾਦ ਹੋ ਜਾਣਾ ਚਾਹੀਦਾ ਮਾੜਾ ਵੀ ਹੋਏ ਪਰ ਤੁਸੀਂ ਤੇ ਅਰਦਾਸਾਂ ਕਰ ਰਹੇ ਹੋ ਜਗਤ ਜਲੰਧਾ ਰੱਖ ਲੈ ਸੰਸਾਰ ਨੂੰ ਰੱਖ ਲੈ ਦੁਨੀਆਂ ਨੂੰ ਬਚਾ ਲੈ ਇੱਥੇ ਬਸ ਨਹੀਂ। ਭਾਈ ਗੁਰਦਾਸ ਜੀ ਨੇ ਵੀ ਇੱਕ ਗੱਲ ਆਖ ਦਿੱਤੀ ਕਹਿਣ ਲੱਗੇ ਬਾਬਾ ਦੇਖੇ ਦਿਹਾਣੇ ਧਾਰ ਜਲਤੀ ਸਭ ਪ੍ਰਿਥਵੀ ਦਿਸਾਈ। ਬਾਹਰ ਜੋ ਗੁਰੂ ਗੋਬਾਰ ਹੈ ਹੈ ਕਰਦੀ ਸੁਣੀ ਲੁਕਾਈ ਹੁਣ ਲੁਕਾਈ ਨੂੰ ਸੰਸਾਰ ਨੂੰ ਦੁਨੀਆਂ ਨੂੰ ਜਗਤ ਨੂੰ ਹੈ ਕਰਦਾ ਕੋਈ ਇੱਕ ਨੇ ਸੁਣਿਆ ਹੋਣਾ ਆਖਰ ਸਾਰਾ ਸੰਸਾਰ ਕਰ ਰਹੇ ਸੀ। ਕੁਛ ਲੋਕ ਤਾਂ ਇਸ ਹੈ ਦੇ ਉੱਤੋਂ ਕੰਨ ਲਪੇਟ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਚਲੇ ਗਏ ਸਾਡੇ ਕੋਲ ਹੈ ਨਹੀਂ ਸੁਣ ਚੱਲ ਗਈ ਇਸੇ ਲਈ ਸੰਸਾਰ ਛੱਡਿਆ ਨਾ ਵੀ ਦੁਨੀਆਂ ਦੁੱਖ ਹੈ ਦੁਨੀਆਂ ਕਲੇਸ਼ ਹੈ ਛੱਡ ਦਿੱਤਾ ਉਹ ਹੈ ਨਹੀਂ ਸੁਣ ਸਕਦੇ ਤੇ ਕੁਛ ਲੋਕਾਂ ਨੇ ਉਹਨਾਂ ਦੀ ਹੈ ਨੂੰ ਕਮਜ਼ੋਰੀ ਸਮਝ ਕੇ ਹੁੰਦਾ ਨਜਾਇਜ਼ ਫਾਇਦਾ ਉਠਾਇਆ ਬਾਬੇ ਨੇ ਦੁਨੀਆਂ ਦਾ ਹਰ ਮਨੁੱਖ ਹੈ ਨਹੀਂ ਜੇ ਸੋ ਸਕਦਾ ਆ ਹੌਲੀ ਦੇਖੋ ਮੈਂ ਹੈਰਾਨ ਹੋਇਆ ਇੱਕ ਦਿਨ ਬੀਤੇ ਅੰਮ੍ਰਿਤਸਰ ਵਿੱਚ ਜਿਹੜਾ ਹਾਦਸਾ ਹੋਇਆ ਰੇਲਵੇ ਦਾ ਸੈਂਕੜੇ ਜਾਨਾਂ ਗਈਆਂ ਸੈਂਕੜੇ ਜਾਨਾਂ ਗਈਆਂ ਤੇ ਉਸ ਗਿਣਤੀ ਵਿੱਚ ਕੋਈ ਜ਼ਰੂਰੀ ਨਹੀਂ ਕਿਸੇ ਕੋਈ ਅਮੀਰ ਹੋਵੇ ਜਾਂ ਗਰੀਬ ਹੋਵੇ ਉਸ ਮਰਨ ਵਾਲਿਆਂ ਦੀ ਜਾਣ ਵਾਲਿਆਂ ਦੀ ਗਿਣਤੀ ਵਿੱਚ ਕੋਈ ਜ਼ਰੂਰੀ ਨਹੀਂ ਕੋਈ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਕੋਈ ਪੰਜਾਬ ਦਾ ਰਹਿਣ ਵਾਲਾ ਹੋਵੇ ਕੋਈ ਰਾਜਸਥਾਨ ਦੇ ਰਹਿਣ ਵਾਲਾ ਹੋਵੇ ਕੋਈ ਬਿਹਾਰ ਯੂਪੀ ਦਾ ਰਹਿਣ ਵਾਲਾ ਕੋਈ ਹਾਦਸੇ ਵਿੱਚ ਇਹ ਗਿਣਤੀ ਤਾਂ ਹੈ ਨਹੀਂ ਪਰ ਹਾਏ ਤਾਂ ਇੱਕ ਸਾਰਿਆਂ ਲਈ ਸਾਂਝੀ ਹਨ ਉਹ ਤਾਂ ਗਰੀਬ ਦੇ ਮੂੰਹੋਂ ਵੀ ਨਿਕਲੀ ਹੋਏਗੀ ਅਮੀਰ ਦੇ ਮੂੰਹੋਂ ਵੀ ਨਿਕਲੀ ਹੋਏਗੀ ਉਹ ਹਾਏ ਤਾਂ ਮਰਨ ਵਾਲੇ ਨੇ ਤਾਂ ਥੋੜ੍ਹੀ ਦੇਰ ਆਖੀ ਹੋਏਗੀ ਉਸ ਤੋਂ ਬਾਅਦ ਖਤਮ ਹੋ ਗਿਆ ਉਹਦੇ ਦੁੱਖ ਖਤਮ ਹੋ ਗਏ ਜਿਹੜਾ ਮਰ ਜਾਂਦਾ ਉਹਦੀਆਂ ਤਕਲੀਫਾਂ ਉੱਥੇ ਖਤਮ ਹੋ ਜਾਂਦੀਆਂ ਉਸ ਤੋਂ ਬਾਅਦ ਤਕਲੀਫਾਂ ਸ਼ੁਰੂ ਹੁੰਦੀਆਂ ਨੇ ਪਰਿਵਾਰ ਦੀ ਨੇੜੇ ਰਹਿਣ ਵਾਲਿਆਂ ਦੀ ਉਸ ਤੋਂ ਬਾਅਦ ਹਾਏ ਹਾਏ ਉਹਨਾਂ ਦੀ ਸ਼ੁਰੂ ਹੁੰਦੀ ਔਰ ਉਹ ਹਾਏ ਹਾਏ ਦੀ ਕੋਈ ਸੀਮਾ ਨਹੀਂ ਹੁੰਦੀ ਉਹਦੇ ਕੋਈ ਦਿਨ ਗਿਣਤੀ ਦੇ ਨਹੀਂ ਹੁੰਦੇ ਜਿਉਂ ਜਿਉਂ ਉਹਦੀ ਥੁੜ ਪ੍ਰਤੀਤ ਹੁੰਦੀ ਹੈ ਜਿਸ ਜਿਸ ਮੋੜ ਤੇ ਜਾ ਕੇ ਉਹਦੀ ਲੋੜ ਪ੍ਰਤੀਤ ਹੁੰਦੀ ਉਦੋਂ ਹੀ ਹਾਏ ਨਿਕਲਦੀ ਹੈ ਗੁਰੂ ਨੇ ਐਵੇਂ ਨਹੀਂ ਪਾਣੀ ਵਿੱਚ ਆਖ ਦਿੱਤਾ ਭੈ ਰੋ ਹੈ ਗੁਣ ਸਾਰ ਸੰਭਾਲੇ ਕੋ ਮਰੇ ਨਾ ਮੋਇਆ ਨਾਲੇ ਮਰੇ ਦੇ ਨਾਲ ਕੋਈ ਮਰਦਾ ਨਹੀਂ ਪਰ ਉਹਦੇ ਗੁਣ ਜਿਉਂ ਜਿਉਂ ਉਹਦੇ ਅਹਿਸਾਨ ਉਹਦੀਆਂ ਲੋੜਾਂ
ਪ੍ਰਤੀਤ ਹੁੰਦੀਆਂ ਨੇ ਤਿਉਂ ਤਿਉਂ ਆਉਂਦੀਆਂ ਅੱਖਾਂ ਵਿੱਚ ਅੱਥਰੂ ਆਉਂਦੇ ਨੇ ਬਾਰ ਦੇਖੇ ਨੇ ਜਿਨ੍ਹਾਂ ਬੱਚਿਆਂ ਦੇ ਪਿਤਾ ਸਮੇਂ ਤੋਂ ਪਹਿਲਾਂ ਮਾਤਾ ਸਮੇਂ ਤੋਂ ਪਹਿਲਾਂ ਆਪਣੇ ਚਲੇ ਗਏ ਕੋਈ ਐਸਾ ਕਾਰਨ ਬਣਿਆ ਵਿੱਚੋਂ 10 ਸਾਲ 15 ਸਾਲ ਗੁਜ਼ਰ ਵੀ ਗਏ ਬੱਚਾ ਵੱਡਾ ਹੋਇਆ ਜਿਸ ਵੇਲੇ ਉਸਦਾ ਵਿਆਹ ਕਰਨ ਲੱਗੇ ਪਤਨੀ ਰੋ ਪਈ ਵਿਆਹ ਵਿੱਚ ਤਾਂ ਹਾਸੇ ਹੁੰਦੇ ਨੇ ਰੋਣੇ ਕਿਉਂ ਉਹਨੂੰ 15 ਸਾਲ ਬਾਅਦ ਚੇਤਾ ਆਇਆ ਜੇ ਅੱਜ ਮਾਲਕ ਹੁੰਦਾ ਤੇ ਇਸ ਵਿਆਹ ਦਾ ਦ੍ਰਿਸ਼ ਹੋਰ ਹੁੰਦਾ ਉਹ ਜਿਹੜਾ ਥੋੜੀ ਸੀ ਨਾ ਉਹ 15 ਸਾਲ ਬਾਅਦ ਵੀ ਚੇਤੇ ਆਈ ਇਸ ਲਈ ਇੱਕ ਖਿਆਲ ਕਰਿਓ ਜਿਹੜਾ ਮਰਨ ਵਾਲਾ ਸੀ ਉਹਨੇ ਜ਼ਿਆਦਾ ਤੋਂ ਜ਼ਿਆਦਾ 2 ਵਾਰ ਹਾਏ ਆਖਿਆ ਹੋਵੇਗਾ ਦਰਦ ਨਾਲ 4 ਵਾਰ ਆਖਿਆ ਹੋਵੇਗਾ ਤੇ ਪਰਿਵਾਰ ਨੇ ਪਤਾ ਨੀ ਕਿੰਨੀ ਦੇਰ ਕਹਿੰਦੇ ਰਹਿਣਾ ਜਿਹੜਾ ਇਹ ਮਹਿਸੂਸ ਕਰਦਾ ਕਿ ਇਸ ਹਾਏ ਹਾਏ ਨੂੰ ਕਿਸੇ ਹਮਦਰਦੀ ਨਾਲ ਕਿਵੇਂ ਬਦਲਿਆ ਜਾਵੇ ਬਸ ਮਸਲਾ ਤਾਂ ਹਾਏ ਗੁਰਦਾਸ ਜੀ ਨੇ ਇਹੋ ਗੱਲ ਦਰਸਾਈ ਮੈਂ ਤਾਂ ਸਿਰਫ ਐਗਜ਼ਾਮਪਲ ਦੇਣਾ ਚਾਹੁੰਦਾ ਸਾਂ ਅੱਜ ਦੇ ਯੁੱਗ ਅੰਦਰ ਵੀ ਸਹਾਏ ਹਾਏ ਦੀ ਆਵਾਜ਼ ਸੁਣਨ ਵਾਲਿਆਂ ਵਿੱਚੋਂ ਬਹੁਤੇ ਲੋਕ ਉਹ ਵੀ ਮੇਰੇ ਦੇਖਣ ਵਿੱਚ ਅਤੇ ਸੁਣਨ ਵਿੱਚ ਆਏ ਜਿਹੜੇ ਕੇਵਲ ਇਹਦੇ ਵਿੱਚੋਂ ਵੀ ਆਪਣੀ ਰਾਜਨੀਤਿਕ ਕੁਰਸੀ ਢੂੰਡ ਰਹੇ ਸਨ ਇਹਨੂੰ ਰਾਜਨੀਤਿਕ ਰੂਪ ਦੇ ਰਹੇ ਸਨ ਉਹਨਾਂ ਨੂੰ ਹਾਏ ਹਾਏ ਨਾਲ ਕੋਈ ਸੰਬੰਧ ਨਹੀਂ ਉਹਨਾਂ ਨੂੰ ਹਾਏ ਹਾਏ ਨਾਲ ਕੋਈ ਰਿਸ਼ਤਾ ਨਹੀਂ ਪਰ ਸਦੀਆਂ ਪਹਿਲਾਂ ਬਾਬੇ ਨੇ ਕਿਸੇ ਦੀ ਹਾਏ ਹਾਏ ਸੁਣੀ ਉਹਨੇ ਇਹ ਨਹੀਂ ਵੇਖਿਆ ਵੀ ਜੇ ਹਜ਼ਾਰਾਂ ਜੰਗਲਾਂ ਵਿੱਚ ਚਲੇ ਗਏ ਨੇ ਮੈਨੂੰ ਕੀ ਜ਼ਿਆਦਾ ਜ਼ਿੰਮੇਵਾਰੀ ਬਾਬੇ ਵੇਖ ਬਣਾਇਆ ਉਦਾਸੀ ਦੀ ਰੀਤ ਚਲਾਏ ਉਦਾਸ ਚਿੰਤਾ ਫਿਕਰ ਉਹਨਾਂ ਲੋਕਾਂ ਦਾ ਜਿਹੜੇ ਜਿਹੜੇ ਹਾਏ ਹਾਏ ਜਿਨ੍ਹਾਂ ਦੇ ਪੱਲੇ ਪਈ ਹੈ ਇਹਨੂੰ ਕਹਿੰਦੇ ਨੇ ਸੱਜਣਤਾ ਇਹਨੂੰ ਕਹਿੰਦੇ ਨੇ ਮਿੱਤਰਤਾ ਔਖੇ ਵੇਲੇ ਹਾਏ ਹਾਏ ਵੇਲੇ ਕੋਈ ਮਿੱਤਰਤਾ ਸਾਬਤ ਕਰੇ ਪਤਾ ਉਦੋਂ ਲੱਗਦਾ ਕਿ ਮਿੱਤਰ ਕਦੋਂ ਗੁਰੂ ਨੇ ਪਾਣੀ ਵਿੱਚ ਇਹੋ ਗੱਲ ਆਖੀ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਸੱਜਣ ਕਿਸੇ ਦਾ ਦੁਸ਼ਮਣ ਨਹੀਂ ਪਰ ਮੈਂ ਜਿੱਦਣ ਜਾਣਾ ਚਾਹੁੰਦਾ ਯੋਗਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਗੁਰੂ ਆਪਣੀ ਰਚਨਾ ਤੋਂ ਗੁਰੂ ਦੀ ਹੀ ਪਰਿਭਾਸ਼ਾ ਡੈਫੀਨੇਸ਼ਨ ਇਹ ਦੱਸ ਰਿਹਾ ਉਹ ਇਹ ਕਿ ਸਤਿਗੁਰ ਅੰਦਰੋਂ ਨਿਰਵੈਰ ਹੈ ਉਹਨੂੰ ਕੋਈ ਵੈਰ ਨਹੀਂ ਉਹਨੂੰ ਕਿਸੇ ਨਾਲ ਦੁਸ਼ਮਣੀ ਨਹੀਂ ਸਭ ਦੇਖੇ ਬ੍ਰਹਮ ਇੱਕ ਸੋਏ ਉਹ ਸਾਰਿਆਂ ਵਿੱਚ ਰੱਬ ਨੂੰ ਦੇਖਦਾ ਹੈ ਪਰ ਨਾਲ ਅਗਲੇ ਪਾਸੇ ਕਹਿਣ ਲੱਗੇ ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ ਕੁਛ ਲੋਕ ਉਹ ਵੀ ਨੇ ਜਿਹੜੇ ਗੁਰੂ ਨਾਲ ਵੀ ਵੈਰ ਕਰਦੇ ਨੇ ਜੇ ਉਹ ਨਿਰਵੈਰ ਹੈ ਤੇ ਉਹਦੇ ਨਾਲ ਵੈਰ ਕਿਸੇ ਦਾ ਨਹੀਂ ਹੋਣਾ ਚਾਹੀਦਾ ਪਰ ਗੁਰੂ ਦਾ ਜੀਵਨ ਸਾਰਾ ਦੇਖ ਲਓ ਦੁਸ਼ਮਣਾਂ ਦੇ ਚੁਗਿਰਦੇ ਨਾਲ ਭਰਿਆ ਪਿਆ ਹੁਣ ਦੇਖਣਾ ਗੁਰੂ ਦੇ ਨਾਲ ਵੈਰ ਕਿੰਨਾ ਦਾ ਹੈ ਤੇ ਕਿਉਂ ਹੈ ਬਸ ਮਸਲਾ ਤਾਂ ਇਹ ਹੈ ਗੁਰੂ ਕਿਸੇ ਫਿਰਕੇ ਦਾ ਵੈਰੀ ਨਹੀਂ ਸਤਿਗੁਰ ਸਭਨਾਂ ਦਾ ਭਲਾ ਬਣਾ ਲੈਂਦਾ ਖਿਆਲ ਕਰਿਓ ਜੇ ਬ੍ਰਾਹਮਣਿਜ਼ਮ ਦੇ ਅਗੇਂਸਟ ਬੋਲਿਆ ਦੇਖਣਾ ਇਹ ਹੈ ਵੀ ਆਖਰ ਗੁਰੂ ਦੇ ਵੈਰੀ ਕਿਉਂ ਬਣੇ ਉਹ ਅੱਜ ਤੱਕ ਬਣੇ ਹੋਏ ਨੇ ਉਹਦਾ ਕਾਰਨ ਲੱਭਣਾ ਗੁਰੂ ਦਾ ਤੇ ਬ੍ਰਾਹਮਣ ਦਾ ਵਿਰੋਧ ਕੀ ਸੀ ਮੈਂ ਬੈਠਾ ਸੁਣ ਰਿਹਾ ਸਾਂ ਵੀਰ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਸੀ ਸੁਖਮਣੀ ਸਾਹਿਬ ਦੇ ਅੰਦਰ ਇੱਕ ਤੁੱਕ ਆਈ ਮੈਂ ਸੁਣ ਰਿਹਾ ਸਾਂ
ਉਹ ਇਹ ਕਿ ਕਿਉਂ ਵਰਨਾ ਕੋ ਦੇ ਉਪਦੇਸ਼ ਤੁਲਸੀ ਕਿਉਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਮੈਂ ਉਸ ਪੰਡਿਤ ਉਸ ਬ੍ਰਾਹਮਣ ਨੂੰ ਹਮੇਸ਼ਾ ਨਮਸਕਾਰ ਕਰਨਾ ਸਿਰ ਝੁਕਾਉਂਦਾ ਉਹਨੂੰ ਦੇਖ ਕੇ ਜਿਹੜਾ ਮਾਨਵਤਾ ਦਾ ਸਮਝ ਹੈ ਲੋ ਇੱਥੇ ਖੜੋਣਾ ਜਿਹੜਾ ਮਾਨਵਤਾ ਦਾ ਸਮਝ ਹੈ ਚੌਂ ਵਰਨਾ ਕੋ ਦਿਓ ਕਿਉਂਕਿ ਬ੍ਰਾਹਮਣਿਜ਼ਮ ਚੌਂ ਵਰਨਾ ਕੋ ਉਪਦੇਸ਼ ਨਹੀਂ ਸੀ ਕਰ ਰਿਹਾ ਆਹ ਫਰਕ ਸੀ ਲੋ ਬਾਬੇ ਦਾ ਵਿਰੋਧ ਕੀ ਬਾਬੇ ਦੀ ਸੋਚ ਮਾਨਵਵਾਦੀ ਹੈ ਕਿਸੇ ਫਿਰਕੇ ਦੇ ਵਿਰੋਧ ਵਿੱਚ ਨਹੀਂ ਕਿਸੇ ਫਿਰਕੇ ਦੇ ਵਿਰੋਧ ਵਿੱਚ ਨਹੀਂ ਗੁਰੂ ਨਾਨਕ ਤਾਂ ਹਿੰਦੂ ਤੇ ਅਸ਼ਾਨ ਕਰ ਰਿਹਾ ਕਹਿੰਦਾ ਤੂੰ ਲਤਾੜਿਆ ਜਾ ਰਿਹਾ ਬ੍ਰਾਹਮਣਿਜ਼ਮ ਦੇ ਉਸ ਡੰਡੇ ਥੱਲੇ ਤੂੰ ਗੁਲਾਮ ਹੋ ਰਿਹਾ ਬ੍ਰਾਹਮਣਿਜ਼ਮ ਦੇ ਉਸ ਸੰਗਲ ਵਿੱਚ ਜਿਹਦਾ ਜ਼ਿਕਰ ਗੁਰਬਾਣੀ ਵਿੱਚ ਬਾਬਾ ਕਬੀਰ ਜੀ ਨੇ ਵੀ ਕੀਤਾ ਕਿ ਵੇਦ ਕੀ ਪੁੱਤਰੀ ਸਿਮਰਤ ਭਾਈ ਸਭ ਕੋਲ ਆਈ ਵੇਦਾਂ ਦੀ ਪੁੱਤਰੀ ਜਿਹੜੀਆਂ ਸਿਮਰਤੀਆਂ ਸਨ ਉਹਨਾਂ ਵਿੱਚੋਂ ਮਨੂ ਸਿਮਰਤੀ ਇੱਕ ਐਸੀ ਹੋਈ ਜਿਹੜੀ ਆਪਣੇ ਲੋਕਾਂ ਲਈ ਹੀ ਇੱਕ ਸੰਗਲ ਲੈ ਕੇ ਜੇਵਰੀ ਲੈ ਕੇ ਲੈ ਆਈ ਸਭ ਨੂੰ ਉਹਨੇ ਬਣ ਲਿਆ ਆਪ ਹੀ ਬਣ ਲਿਆ ਕਹਿਣ ਲੱਗੇ ਮੈਂ ਹਿੰਦੂ ਦਾ ਵਿਰੋਧੀ ਨਹੀਂ ਬਲਕਿ ਮੈਂ ਬ੍ਰਹਮਣਿਜ਼ਮ ਦਾ ਵਿਰੋਧੀ ਹਾਂ ਜਿਹਨੇ ਹਿੰਦੂ ਨਾਲ ਜ਼ੁਲਮ ਕੀਤੇ ਹਿੰਦੂ ਨੂੰ ਗੁਲਾਮ ਬਣਾਇਆ ਮੈਂ ਜਦੋਂ ਜਿਹੜੀ ਚੀਜ਼ ਮੇਰੇ ਸਾਹਮਣੇ ਆਉਂਦੀ ਮੈਂ ਸਟੇਜ ਦਾ ਹਿੱਸਾ ਬਣ ਜਾਂਦੀ ਫਰਕਮ ਬਣ ਜਾਂਦੀ ਕਈ ਵਾਰੀ ਇੰਨੇ ਹੋ ਜਾਂਦੇ ਕਿ ਸਮਾਂ ਫਿਰ ਉਦੋਂ ਥੋੜ੍ਹਾ ਨਜ਼ਰ ਆਉਂਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਅੱਜ ਹੀ ਇੱਕ ਵੀਰ ਇੱਥੋਂ ਤੱਕ ਗਲਤ ਸ਼ਬਦਾਵਲੀ ਵਰਤ ਰਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੇਖੋ ਜੀ ਹਿੰਦੂ ਉਹਨਾਂ ਤੁਰਕੂ ਕਾਣਾ ਆਖਿਆ ਗਿਆ ਇਹ ਗਾਲਾਂ ਕੱਢੀਆਂ ਗਈਆਂ ਨੇ ਜੇ ਕੋਈ ਆਪ ਰਸਤਾ ਦਿਖਾ ਰਿਹਾ ਉਹਨਾਂ ਨੂੰ ਵੀ ਆਖੁਰ ਕਰੋ ਜੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਅੱਜ ਰਿਪੋਰਟ ਕਰ ਦੇਵੇ ਅਤੇ ਮੰਗ ਕਰੇ ਕਿ ਇਹਨਾਂ ਦਾ ਗ੍ਰੰਥ ਬੈਨ ਕਰੋ ਜਾਂ ਇਹਦੇ ਵਿੱਚੋਂ ਆ ਸ਼ਬਦ ਕੱਢੋ ਇਹਨੇ ਸਾਨੂੰ ਗਾਲਾਂ ਕੱਢੀਆਂ ਨੇ ਫਿਰ ਕੀ ਬਣੇਗਾ ਰੇਡੀਓ ਰਾਹੀਂ ਟੀ ਵੀ ਰਾਹੀਂ ਜਿਹੜਾ ਆਦਮੀ ਇਹ ਕਹਿ ਰਿਹਾ ਇਹਦਾ ਵਿੱਚੋਂ ਅਸੀਂ ਦੁਸ਼ਮਣ ਨੂੰ ਦੱਸ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਦੀ ਕਰਾਉਣ ਲਈ ਇਹ ਨਹੀਂ ਸਮਝਾ ਰਿਹਾ ਕਿ ਇਹ ਹਿੰਦੂ ਉਹਨਾਂ ਤੁਰਕੂ ਕਾਣਾ ਕੀ ਆਖਿਆ ਸਵਾਲ ਤਾਂ ਬਾਣੀ ਨੂੰ ਸਮਝਣ ਦਾ ਬਾਣੀ ਨੂੰ ਸਮਝ ਨਹੀਂ ਰਿਹਾ ਬਲਕਿ ਉਹਦੇ ਵਿੱਚੋਂ ਇੱਕ ਕਨਫਿਊਜ਼ਨ ਪੈਦਾ ਕਰ ਰਹੇ ਹਾਂ ਦੇਖੋ ਜੀ ਉਹਨਾਂ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਗਾਲਾਂ ਨੇ ਕੱਢੀਆਂ ਹੋਈਆਂ ਇਹਨਾਂ ਨੂੰ ਕਿਸੇ ਨੂੰ ਕਾਣਾ ਆਖਿਆ ਕਿਸੇ ਨੂੰ ਉਹਨਾਂ ਆਖਿਆ ਇਹਨੂੰ ਬਹਿਣ ਤੁਰਿਆ ਜਾ ਸਕਦਾ ਹੁਣ ਗੁਰੂ ਤਾਂ ਇਹ ਗੱਲ ਕਹਿ ਰਿਹਾ ਭਲਿਆ ਜੇ ਮੈਂ ਹਿੰਦੂ ਨੂੰ ਮੁਖਾਤਬ ਕਰਕੇ ਕਹਿਣਾ ਨਾ ਹਿੰਦੂ ਉਹਨਾਂ ਤੁਰਕੂ ਕਾਣਾ ਜਾ ਮੈਂ ਇਹ ਕਹਿਣਾ ਹਿੰਦੂ ਮੂਲੇ ਬੁਰਲੇ ਆ ਕੁੱਟੀ ਜਾਈ ਨਾਰਦ ਕਹਿਆ ਸੇ ਪੂਜ ਕਰਾਈ ਤਾਂ ਇਹ ਇਸ ਲਈ ਕਹਿਣਾ ਕਿਉਂਕਿ ਉਹ ਉਸੇ ਬ੍ਰਾਹਮਣ ਦੇ ਦਾ ਗੁਲਾਮ ਬਣਨ ਲਈ ਸੋਚ ਨਹੀਂ ਰਿਹਾ ਮੈਂ ਗੁਲਾਮੀ ਵਿੱਚ ਸੋਚ ਨਹੀਂ ਰਿਹਾ ਕਿ ਇਸ ਗੁਲਾਮੀ ਤੋਂ ਕਿਵੇਂ ਛੁਟਕਾਰਾ ਪਾਵਾਂ ਸਾਹਮਣੇ ਦੇਖ ਰਿਹਾ ਕਿ ਮੇਰੀਆਂ ਧੀਆਂ ਭੈਣਾਂ ਬੱਚੀਆਂ ਦੇਵਦਾਸੀਆਂ ਦੇ ਨਾਮ ਥੱਲੇ ਮੰਦਰਾਂ ਵਿੱਚ ਵਿਚਾਰੀ ਲਈ ਜਾ ਰਹੀਆਂ ਨੇ ਪਰ ਬ੍ਰਾਹਮਣ ਕਿਉਂਕਿ ਉਸਨੂੰ ਧਰਮ ਆਖ ਰਿਹਾ ਉਹ ਨਹੀਂ ਸੋਚ ਰਿਹਾ ਵੀ ਇਹ ਧਰਮ ਹੈ ਕਿ ਨਹੀਂ ਬਸ ਇਸ ਲਈ ਮੈਂ ਕਹਿਣਾ ਦੇਖ ਕੇ ਜੇ ਦੇਖਤ ਪੇਖਤ ਸ਼ਾਖਤ ਕਹੀਏ ਤਾਂ ਅੰਧਾ ਕਰਮ ਕਰਕੇ ਅਜੇ ਹਿੰਦੂ ਨਹੀਂ ਜੇ ਦੇਖਣਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਇਹ ਸੀ ਮਾਨਵਵਾਦੀ ਕਿਉਂਕਿ ਕਹਿੰਦੇ ਸਨ ਮੇਰਾ ਕੋਈ ਦੁਸ਼ਮਣ ਨਹੀਂ ਭਾਵੇਂ ਕਿਸੇ ਵੀ ਕੌਮ ਵਿੱਚ ਹੈ ਐਜ ਏ ਮਨੁੱਖ ਤਾਂ ਮੇਰਾ ਕੋਈ ਵਿਰੋਧੀ ਨਹੀਂ ਹੁਣ ਅਜੀਬ ਗੱਲ ਹੈ ਮੈਂ ਹਰ ਪਾਸੇ ਹੈਰਾਨ ਹੁੰਦਾ ਹੁਣ ਬਾਬਾ ਨਾਮਦੇਵ ਜੇ ਮੰਦਰ ਜਾਂਦੇ ਨੇ ਠਾਕਰ ਦੁਆਲੇ ਜਾਂਦੇ ਨੇ ਤਾਂ ਇਸਦਾ ਮਤਲਬ ਉਹ ਹਿੰਦੂ ਨੇ ਚਲੋ ਮੈਂ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਹਸਤ ਖੇਲ ਤੇਰੇ ਦਿਓਰੇ ਆਇਆ ਭਗਤ ਕਰਤਨਾਮਾ ਪਕੜ ਉਠਾਇਆ
जे दुआरे जाते हैं जे ब्राह्मण के ठाकर द्वारे जाते हैं उत्थे ब्राह्मण उस पढ़ता है तो इसका मतलब ब्राह्मण के ठाकर द्वारे जाने वाला हिंदूइज्म के संबंध रखता है नाम दे कहता नाम हिंदू ना मुसलमान वह कहता हिंदू पूजे देवरा मुसलमान मसीत ना मैं सोई सेव्या जो देवरा ना मसीत ये हो सकता है बाबा कबीर कहते नाम हिंदू ना मुसलमान अल्लाह राम के पिंड प्राण असल इन्हों फिरकिया अगेंस्ट नहीं हम गुरु नानक पातशाह जी औरंगजेब न गुरु दसम पातशाह औरंगजेब नाल जंग कर रहे हैं युद्ध कर रहे हैं हमला गुरु गोबिंद सिंह साहब ने अपने जीवन में किसी पर नहीं किया जो कोई दुश्मन हमला करके आया उसके हमले को रोके बस वो हक है औरंगजेब ने हमला किया चार साहबजादे भी पहले शहीद हो गए फिर मैदानी जंग में गुरु गोबिंद सिंह साहब ने की दुश्मन सन कि इस्लाम के दुश्मन सन जे इस्लाम के दुश्मन होंगे तो फिर बुद्धू शाह सज्जन किवें हुंदा जे इस्लाम के दुश्मन होंगे तो गनी खां नबी खां किवें सेवा विच आउंदे इस्लाम के दुश्मन नहीं सन औरंगजेब दी जालम तबीयत के दुश्मन सन जिहड़ा औरंगजेब अपने पिता नूं भी प्यासा मार सकता है अपने भरावां नूं भी राज लई खत्म कर सकता है वह जालम बिरदी है गुरु नानक दे घर का किसी नाल विरोध नहीं जिहड़ा मनुखता ते जुलम करता है भावे वह ब्राह्मणिज्म दे रूप विच करे गुलाम करके भावे वह शस्त्र हथियार लाए के अपनी उम्मत नू राज तखत सिंघासन ते बैठा होया जुलम थले दबा के रखे उसका विरोध गुरु नानक के घर का विरोध है मत समझो गुरु नानक किसी फिरके का किसी जात का विरोधी है बल्कि अजीब गल है ओहो ही कहता भलिया जे मैं ब्राह्मण तेरा विरोधी हाँ तो इसलिए कि तू के वड्डियां पा दित्तियां ने मनुखता विच खत्री है ये ब्राह्मण है ये शूद्र है ये वैश्य है ये रब नूं प्रवान है ये प्रवान नहीं ये मसीते जा सकता है औरत मसीते नहीं जा सकती मुसलमान भी आख रहा है हिंदू भी आख रहा है अपनी जबान तो कि आह व्यक्ति जिहड़ा है वो गीता का धर्म ग्रंथां का पाठ सुन सकता है और नहीं सुन सकता जे भुल भुलेखे भी इनके कन्नां विच आवाज़ पैंदी है तो इन्हां दे कन्नां विच सिक्का डाल दिओ ऐसे जुल्म होंदे रहे हुण गुरु कहिंदा मैं तो उस जुल्म दे खिलाफ हाँ हे ब्राह्मण जे तू वो जुल्म छड़ के चो वरना कुदे उपदेश सारी मानवता नू चो वरना नू उपदेश करन दा सांझा जिहड़ा गुरु दा मैसेज है कि खत्री ब्राह्मण शूद वैश उपदेश चो वरना को सांझा गुरु नानक दा सिद्धांत कहन लगे जे कोई इस सिद्धांत विच आ जांदा है ते सारी मानवता नू अपनी गलवकड़ी विच लैंदा है सारिआं नू प्यार करदा है कि सब को मीत हम आपन कीना हम सबना के साजन घेरे विच लै लैंदा मेरी उहदी कोई दुश्मनी नहीं मेरा उहदा कोई विरोध नहीं हुण सोचियो गुरु नानक दा इह मैसेज कि खत्री ब्राह्मण शूद वैश उपदेश चौं वर्णां को सांझा इह मैसेज ते दूजे पासे चौं वर्णां विच वंड के मानवता नूं वंडियां पा के फिर एक दूजे दे जुल्म करन दा उपदेश उहनां दोहां विचों किस नूं तुसीं सकारत आखोगे आह कारण है जिहड़ा गुरु नानक दे घर नाल विरोध होया ब्राह्मणिज्म का और अज तक चल रहा है क्योंकि उन्हें अपना ढंग नहीं छड़िया जीवन का अजे तक भी साउथ वाल जाओ अजे भी लोगों दी बेटियां जिहड़ियां ने वह देवदासियों के रूप में उन्हें मंदिरों में मौजूद ने अजे भी ने कुछ इलाके कुछ कबीले ऐसे देखोगे जिथे सती प्रथा अजे भी मौजूद है
ब्रह्मनिज्म की पैदा की थी, सती प्रथा अदे भी अजे भी मौजूद है, एक नाम दूजे नु जिंदा जला दे हो। पर एक ख्याल करियो, गुरु नानक का किसे व्यक्ति नाल, किसे संस्था नाल, किसे फिरके नाल विरोध नहीं। गुरु नानक कहता है, मैं तो सारी मानवता नु अपनी बुकल विच लेना चाहना, क्योंकि सारे दी हाय राय सुन के मैं अपना परिवार छड्डे आया, अपना घर बार छड्डे आया। बाबा देखे ध्यान धारे, जलती सब पृथ्वी दिस आई, बाजो गुरु गुवार है कर दी सुनी लुकाई, बाबे भेख बनाया उदासी दी रीत चलाई। इसलिए एक गल समझन वाली है कि गुरु नानक दे धर्म दा किसे नाल विरोध नहीं। हाँ, जेड़ा संसार ते मानववादी ना हो करके होण दे बावजूद, ना मानववादी ना होण करके जुल्म दे राही, अत्याचार दे राही सारी मानवता नू, मनुखता नू दबा के अपना गुलाम बना के रखना चाहता है, उस दा विरोधी गुरु नानक है, गुरु नानक दा कार है। और जदों असीं इस गल नू निगाह नाल देखांगे ते सानू अपने विचों भी कई नजर आ जाणगे ऐसे मनुख, जेडे सांदे अंदर बैठे हुए भी मानववादी सोच नू दबा के कुचल के रखना चाहते हैं ते अपनी मर्जी नाल चलाना चाहते हैं। ते सतगुरु ने बड़ा खूबसूरत जवाब दिता है, मानो सानू इस गल का जवाब मिलता है कि सतगुरु कहते ने सतगुरु सबना का भला बना, सतगुरु अंदरों निर्वैर है, सब देखे ब्रह्म एक सोई, गलत नहीं हो सकता। गुरु नानक का वचन कह लगे, सतगुरु सबना का भला बनाता है, इसका बुरा क्यों होएगा, फिर उनका बुरा क्यों होता है, फिर उनका कोई विरोधी क्यों बनता है, फिर उनके साहबजादे क्यों शहीद होंगे, फिर उन्होंने तकिया तविया से क्यों बिठाया जाता है। उनका कारण वो लोग ने जिन्हों के होर जिन्हों वालों हो रहे मानवता के जुल्म गुरु नानक ने ठल पाई। ते पाई क्यों? क्योंकि गुरु नानक सारी मानवता सारे संसार एक निगाह नाल देखता सी। इसलिए भाई गुरदास जी ने एक अपनी वार विच पौड़ी विच एक गल कह दिती, जाहिर पीर जगत गुरु बाबा, क्योंकि वो सारे संसार लई पूजन योग है, सत्कार योग है, वो हर एक नाल प्यार करता है, तो हर एक नाल प्यार करन दा तरीका सबक दिंदा है। सतगुरु ने यह गल बाणी विच आखी कह लगे, ਸਾਡੇ ਵਿੱਚ ਵੀ ਸਾਡੀ ਵਿਚਾਰਧਾਰਾ ਸਿਧਾਂਤ ਵਿੱਚ ਵੀ ਵੰਡੀਆਂ ਪਾਉਣ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਹੋ ਰਿਹਾ ਹੈ। ਇਸ ਲਈ ਇਹ ਗੱਲ ਸਮਝਣੀ ਹੈ
गुरु नानक दा घर श्री गुरु ग्रंथ साहिब दी गुरुआं दी बाणी ए अगवाई करदी है कि तेरा गुनाहां नाल विरोध है, पापां नाल विरोध है, जुल्म नाल विरोध है, मानवता नाल विरोध नहीं। इन्हां शब्दां नाल माता चाची का फतेह बुलाओ। वाहिगुरु जी का खालसा, वाहिगुरु जी की फतेह। राम कलिमा।